ਵੈਲਕਮ ਟੂ ਆਲ ਆਫ ਦੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ MSW ਸਟੱਡੀ ਦੇ ਵਿੱਚ ਔਰ ਗੱਲ ਕਰਾਂਗੇ PS ਟੈਟ 2021 ਜਿਹੜਾ 24 ਦਸੰਬਰ ਨੂੰ ਹੋਇਆ ਸੀ ਤਾਂ ਉਸ ਦੀ ਆਨਸਰ ਕੀ ਦੇ ਲਈ 30 ਤਰੀਕ ਨੂੰ ਇਹਨਾਂ ਨੇ ਕਿਹਾ ਸੀ ਕਿ ਆਬਜੈਕਸ਼ਨ ਸਟਾਰਟ ਹੋ ਜਾਏਗੀ 2 ਜਨਵਰੀ ਤੱਕ ਆਬਜੈਕਸ਼ਨ ਰਹੇਗੀ ਬਟ ਜਦੋਂ ਆਨਸਰ ਕੀਆਂ ਨਹੀਂ ਆਈਆਂ ਤਾਂ ਆਬਜੈਕਸ਼ਨ ਕੌਣ ਪਾਊਗਾ ਤੇ ਕਿੱਥੋਂ ਪਾਊਗਾ ਹੁਣ ਤੁਸੀਂ ਇੱਥੇ ਇੱਕ ਚੀਜ਼ ਨੋਟ ਰੱਖੋ ਕਿ ਆਨਸਰ ਕਿਹਾਂ ਕਦੋਂ ਆਉਣਗੀਆਂ ਕਦੋਂ ਨਹੀਂ ਆਉਣਗੀਆਂ ਇਸ ਬਾਰੇ ਤਾਂ ਕਹਿਣਾ ਭੁੱਲ ਜਾਓ ਕਿ ਕਦੋਂ ਆਉਣਗੀਆਂ ਕੋਈ ਪੱਕਾ ਡੇਟ ਅਨਾਉਂਸ ਨਹੀਂ ਹੈਗੀ ਹੁਣ ਇੱਥੇ ਸਾਡੀਆਂ ਜ਼ਮੀਰਾਂ ਮਰੀਆਂ ਹੈਗੀਆਂ ਮੈਂ ਤਾਂ ਇਹੀ ਕਹਿ ਰਿਹਾ ਕਿ ਸਾਡੀਆਂ ਜ਼ਮੀਰਾਂ ਹੀ ਮਰ ਚੁੱਕੀਆਂ ਨੇ ਜਦੋਂ ਦੇ ਪੰਜ ਸਾਲਾਂ ਦੇ ਵਿੱਚ ਪਹਿਲਾਂ ਤਾਂ ਭਰਤੀਆਂ ਆਈਆਂ ਨਹੀਂ ਜੇਕਰ ਭਰਤੀਆਂ ਆਈਆਂ 10% ਭਰਤੀਆਂ ਵੀ ਪੂਰੀਆਂ ਨਹੀਂ ਹੋਈਆਂ ਯਾਰ 10% ਭਰਤੀਆਂ ਵੀ ਪੂਰੀਆਂ ਨਹੀਂ ਹੋਈਆਂ ਸਭ ਭਰਤੀਆਂ ਵਿੱਚ ਹੀ ਰੁਲਗੀਆਂ ਸਭ ਕੁਝ ਵਿੱਚ ਹੀ ਸਵਾਹ ਹੋ ਗਿਆ ਔਰ ਇਹ ਪੀਐਸਟਟ ਲੈ ਗਿਆ ਸੀ ਇਸ ਬਾਰੇ ਵੀ ਹੁਣ ਦੇਖੋ ਇਹ ਲੇਟ ਹੋ ਰਿਹਾ ਹੈ ਆਨਸਰ ਕੀ ਨਹੀਂ ਆ ਰਿਹਾ ਰਿਜ਼ਲਟ ਨਹੀਂ ਆ ਰਿਹਾ ਔਰ ਜਿਹੜੇ ਬੰਦੇ ਔਵਰੇਜ ਹੋ ਰਹੇ ਆ ਜਿਹੜੇ ਕਿ ਲਾਸਟ 골ਡਨ ਚਾਂਸ ਆ ਜਿੰਨਾਂ ਕੋਲ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਹੈ ਉਹਨਾਂ ਦਾ ਕੀ ਕਸੂਰ ਹੋਵੇਗਾ ਕਿ ਜਿਨ੍ਹਾਂ ਦਾ ਇੱਕ ਇੱਕ ਦਿਨ ਕੀਮਤੀ ਹੈ ਤਾਂ ਉਹਨਾਂ ਨੇ ਅੱਗੇ ਕਿਸੇ ਹੋਰ ਭਾਰਤੀ ਦੀ ਤਿਆਰੀ ਕਰਨੀ ਹੈ ਕਿਸੇ ਨੇ ਇੱਕ ਚੀਜ਼ ਨੂੰ ਛੱਡ ਕੇ ਇਸ ਤੇ ਉਮੀਦ ਲਾਈ ਹੁੰਦੀ ਹੈ ਕਿ ਪੀਐਸਟ ਪਾਸ ਕਰਾਂਗੇ ਅੱਗੇ ਹੋਰ ਮਾਸਟਰ ਕੈਡਰ ਕਰਾਂਗੇ ਹੋ ਸਕਦਾ ਹੈ ਕਿ ਇਸ ਪੀਐਸਟ ਦੇ ਚੱਕਰ ਦੇ ਵਿੱਚ ਉਹ ਕਿਸੇ ਹੋਰ ਆਪਣੇ ਜਿਹੜਾ ਵਧੀਆ ਮੌਕੇ ਨੂੰ ਲੰਘਾ ਬੈਠੇ ਤਾਂ ਇਹਦੇ ਵਿੱਚ ਨੁਕਸਾਨ ਕਿੰਨਾ ਦਾ ਹੋ ਰਿਹਾ ਸਾਡੇ ਆਮ ਲੋਕਾਂ ਦਾ ਸਾਡੇ ਆਮ ਘਰਾਂ ਦੇ ਸਟੂਡੈਂਟਾਂ ਦਾ ਆਮ ਜਨਤਾ ਦਾ ਨੁਕਸਾਨ ਹੋ ਰਿਹਾ ਤੇ ਇਹ ਲੀਡਰਸ਼ਾਹੀ ਲੋਕ ਕਦੇ ਵੀ ਨਹੀਂ ਤੁਹਾਡੀ ਯਰ ਪਰਵਾਹ ਕਰਦੇ ਕਦੇ ਵੀ ਨਹੀਂ ਪਰਵਾਹ ਕਰਦੇ ਹੁਣ ਤੁਸੀਂ ਦੇਖ ਲਓ ਇਹ ਕਹਿੰਦੇ ਕਿ ਪੀਐਸ ਟੈਟ ਜਿਹੜਾ ਹੋਇਆ ਪ੍ਰੀਖਿਆ ਉਹਦਾ ਜਿਹੜਾ ਆਨਸਰ ਕਿਹਾਂ ਕਿਉਂ ਨਹੀਂ ਪਈਆਂ ਕਹਿੰਦੇ ਕਿ ਜਿਹੜਾ ਮਹਾਲੀ ਪੀਐਸਬੀ ਬੋਰਡ ਆ ਉਹਦਾ ਕਹਿੰਦੇ ਸਟਾਫ ਆ ਜਿਹੜਾ ਮਹਾਲੀ ਪੀਐਸਬੀ ਬੋਰਡ ਦਾ ਉਹ ਕਹਿੰਦੇ ਹੜਤਾਲ ਤੇ ਚੱਲਿਆ ਗਿਆ ਤਾਂ ਕਰਕੇ ਕਹਿੰਦੀ ਦੇਰੀ ਹੋ ਰਹੀ ਹੈ ਹੁਣ ਜਿਹੜੇ ਸਟਾਫ ਵਾਲੇ ਹੜਤਾਲ ਤੇ ਚਲੇ ਗਏ ਉਹਨਾਂ ਚੰਗੀ ਨੌਕਰੀ ਲੱਗੇ ਹੋਇਆ ਚੰਗੀਆਂ ਉਹ ਤਨਖਾਹ ਲੈਂਦੇ ਆ ਸਰਕਾਰੀ ਹੈਗੇ ਆ ਚਾਹੇ ਚਲੋ ਅਰਧ ਸਰਕਾਰੀ ਵੀ ਹੋ ਸਕਦੇ ਆ ਉੱਥੇ ਵਿੱਚ ਉਹ ਹੜਤਾਲ ਤੇ ਚਲੇ ਗਏ ਪਰ ਨੁਕਸਾਨ ਕਿਦਾ ਹੋ ਗਿਆ ਕੀ ਸਰਕਾਰਾਂ ਨੂੰ ਇਹ ਨਹੀਂ ਪਤਾ ਕਿ ਉਹ ਹੜਤਾਲ ਤੇ ਕਿਉਂ ਚਲੇ ਗਏ ਕੀ ਸਰਕਾਰਾਂ ਨੂੰ ਇਹ ਨਹੀਂ ਪਤਾ ਕਿ ਜੇ ਅਸੀਂ ਉਹਨਾਂ ਦਾ ਮੁੱਦਾ ਹੱਲ ਕਰ ਦਾਂਗੇ ਤਾਂ ਅੱਗੇ ਜਿਹੜੇ ਸਟੂਡੈਂਟ ਨੇ ਜਿਨ੍ਹਾਂ ਨੇ ਪੀਐਸਟੈਟ ਦਾ ਉਹਨਾਂ ਦਾ ਵੀ ਮੁੱਦਾ ਹੱਲ ਹੋ ਜਾਊਗਾ ਸਿਰਫ ਯਾਰ ਬੋਟਾਂ ਦੀ ਰਾਜਨੀਤੀ ਖੇਡੀ ਜਾ ਰਹੀ ਹੈ ਔਰ ਇਨਾ ਵੱਡਾ ਜਿਹੜਾ ਸਾਡੇ ਬੇਰਜ਼ਗਾਈ ਦਾ ਕਾਣ ਕੀਤਾ ਜਾ ਰਿਹਾ ਬਾਰ 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 ਔਰ ਮੈਂ ਤੁਹਾਡੇ ਅੱਗੇ ਹੀ ਬੇਨਤੀ ਕਰਦਾ ਹਾਂ ਉਠੋ ਨੌਜਵਾਨੋ ਜਾਗੋ ਨੌਜਵਾਨੋ ਕੁਛ ਚੰਗਾ ਸੋਚੋ ਨੌਜਵਾਨੋ ਠੀਕ ਹੈ ਜੇਕਰ ਤੁਸੀਂ ਭੁੱਖ ਦੇ ਵਿੱਚ ਬਚਣਾ ਜੇਕਰ ਤੁਸੀਂ ਪੂੰਜੀਵਾਦੀ ਸਿਸਟਮ ਤੋਂ ਬਚਣਾ ਤੁਸੀਂ ਲੀਡਰਸ਼ਾਹੀ ਸਿਸਟਮ ਤੋਂ ਬਚਣਾ ਤਾਂ ਤੁਸੀਂ ਪੜ੍ਹ ਲਿਖ ਕੇ ਜਾਗੋ ਹੁਣ ਮੈਂ ਬਹੁਤ ਸਾਰਿਆਂ ਨੂੰ ਇਹ ਕਹਿਣਾ ਹੁੰਦਾ ਕਿ ਯਾਰ ਅੱਧੇ ਕਹਿੰਦੇ ਹੁੰਦੇ ਆ ਕਿ ਮੈਂ ਕਈ ਵਾਰੀ ਨਾ ਰਾਜਨੀਤੀ ਦੀਆਂ ਵਿਚ ਗੱਲਾਂ ਕਰ ਜਾਂਦਾ ਅੱਧੇ ਕਹਿੰਦੇ ਹੁੰਦੇ ਆ ਕਿ ਅਸੀਂ ਤਾਂ ਪੋਲਿਟਿਕਸ ਵਿੱਚ ਇੰਟਰਸਟ ਨਹੀਂ ਲੈਂਦੇ ਅਸੀਂ ਤਾਂ ਰਾਜਨੀਤੀ ਦੇ ਵਿੱਚ ਇੰਟਰਸਟ ਨਹੀਂ ਲੈਂਦੇ ਤੁਹਾਡੀ ਇੱਥੇ ਹੀ ਕਮੀ ਹੈ ਤੁਸੀਂ ਇੱਥੇ ਹੀ ਮਾਰ ਖਾਨੇ ਹੋ ਜੇ ਤੁਸੀਂ ਇੰਟਰਸਟ ਨਹੀਂ ਲੈਂਦੇ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਲੀਡਰ ਬਣ ਜਾਓ ਜਾਂ ਤੁਸੀਂ ਵੋਟਾਂ 'ਚ ਖੜੇ ਹੋ ਰਾਜਨੀਤੀ ਵਿੱਚ ਇੰਟਰਸਟ ਲੈਣ ਦਾ ਮਤਲਬ ਕੀ ਹੁੰਦਾ ਹੈ ਕਿ ਹੋਕ ਹੀ ਰਿਹਾ ਕੌਣ ਬੰਦਾ ਚੁਣਿਆ ਜਾ ਰਿਹਾ ਅਸੀਂ ਵੋਟ ਕਿਨੂੰ ਪਾ ਰਹੇ ਹਾਂ ਕੌਣ ਸਹੀ ਆ ਕੌਣ ਗਲਤ ਹੈ ਸਾਡੇ ਕੋਲੇ ਆ ਜਾਣਕਾਰੀ ਤਾਂ ਹੋਣੀ ਚਾਹੀਦੀ ਹੈ ਇਸ ਨੂੰ ਰਾਜਨੀਤੀ ਇੰਟਰਸਟ ਕਹਿੰਦੇ ਆ ਬਹੁਤ ਸਾਰੇ ਕਹਿੰਦੇ ਅਸੀਂ ਨੋਟਾ ਦਵਾ ਦਾਂਗੇ ਉਹ ਸਾਡੀ ਇੱਥੇ ਹੀ ਸਾਡੀ ਕਮੀ ਆ ਜੇ ਅਸੀਂ ਨੋਟਾ ਦਵਾਉਨੇ ਆ ਤਾਂ ਹੀ ਸਾਨੂੰ ਉਹ ਲੁੱਟ ਲੁੱਟ ਖਾਂਦੇ ਆ ਠੀਕ ਹੈ ਤੁਸੀਂ ਕਿਸੇ ਚੰਗੇ ਪੱਖ ਦੇ ਲਈ ਚੰਗੇ ਬੰਦਿਆਂ ਦੀ ਚੋਣ ਕਰੋ ਤਾਂ ਕਿ ਤੁਸੀਂ ਆਪਣਾ ਭਵਿੱਖ ਸਵਾਰ ਸਕੋ ਤਾਂ ਕਿ ਤੁਸੀਂ ਆਪਣੇ ਮਾਪਿਓ ਦਾ ਜਿਹੜੇ ਤੁਹਾਡੇ ਮਾਪਿਓ ਬੁੱਢੇ ਹੋ ਰਹੇ ਆ ਠੀਕ ਹੈ ਜਿਨ੍ਹਾਂ ਨੂੰ ਕਿ ਵਿਚਾਰਿਆਂ ਨੂੰ ਕਿਉਂਕਿ ਇਸ ਤੋਂ ਪਹਿਲਾਂ ਐਜੂਕੇਸ਼ਨ ਨਹੀਂ ਹੁੰਦੀ ਸੀ ਵਿਚਾਰੇ ਅਨਪੜ੍ਹ ਹੁੰਦੇ ਸੀ ਉਹ ਸਿਰਫ ਲੀਡਰਸ਼ਾਹੀ ਲੋਕਾਂ ਦੇ ਮਗਰ ਚੱਲੇ ਜਾਂਦੇ ਸੀ ਠੀਕ ਹੈ ਵੋਟਾਂ ਪਾਈ ਜਾਂਦੇ ਸੀ ਪਰ ਹੁਣ ਤਾਂ ਤੁਸੀਂ ਜਾਗ ਚੁੱਕੇ ਹੋ ਯਾਰ ਹੁਣ ਤਾਂ ਤੁਹਾਡੇ ਹੱਥਾਂ 'ਚ ਫੋਨ ਹੈ ਮੋਬਾਈਲ ਹੈ WhatsApp ਹੈ Facebook ਹੈ ਹੁਣ ਤਾਂ ਤੁਹਾਨੂੰ ਦੁਨੀਆਦਾਰੀ ਦਾ ਪਤਾ ਲੱਗ ਰਿਹਾ ਕਿ ਕੀ ਚੱਲ ਰਿਹਾ ਯਾਰ 5 ਸਾਲਾਂ ਦੇ ਵਿੱਚ ਇੱਕ ਵੀ ਭਰਤੀ ਨਹੀਂ ਨਿਪਰੇ ਚਲੀ ਫਿਰ ਦੋਸ਼ ਕੀਦਾ ਯਾਰ ਦੋਸ਼ ਉਹ ਰਾਜਨੀਤੀ ਵਾਲੇ ਇੱਕ ਦੂਜੇ ਤੇ ਲਾਈ ਜਾਂਦੇ ਆ ਸਾਨੂੰ ਉਹ ਨਹੀਂ ਕੰਮ ਕਰਨ ਦੇ ਸਾਨੂੰ ਉਹ ਨਹੀਂ ਕੰਮ ਕਰਨ ਦੇ ਤੇ ਜਦੋਂ ਉਹਨਾਂ ਨੇ ਕੋਈ ਆਪਣੇ ਕੰਮ ਕਰਨੇ ਹੁਣ ਆਪਣੇ ਵੱਡੇ ਵੱਡੇ ਪੋਸਟਰ ਲਗਾਉਣੇ ਹੋਣ ਠੀਕ ਆ ਆਪਣੀ ਕੋਈ ਉਹਨਾਂ ਨੇ ਗੱਲ ਨੂੰ ਫੇਮਸ ਕਰਨਾ ਹੋਵੇ ਤਾਂ ਫਿਰ ਉਦੋਂ ਉਹਨਾਂ ਕੋਲੇ ਕਿੱਥੋਂ ਪੈਸੇ ਆ ਜਾਂਦੇ ਆ ਯਾਰ ਉਦੋਂ ਉਹਨਾਂ ਕੋਲੇ ਖਬਰਾਂ ਲਾਉਣ ਨੂੰ ਠੀਕ ਹੈ ਪ੍ਰਚਾਰ ਕਰਨ ਵਾਸਤੇ ਰੈਲੀਆਂ ਕਰਨ ਵਾਸਤੇ ਉਦੋਂ ਉਹਨਾਂ ਕੋਲੇ ਕਿੱਥੋਂ ਆ ਜਾਂਦਾ ਸਭ ਕੁਝ ਯਾਰ ਇੱਕ ਦਿਨ ਦੇ ਵਿੱਚ ਲੱਖਾਂ ਲੱਖਾਂ ਲੋਕਾਂ ਨੂੰ ਇਕੱਠੇ ਕਰ ਲੈਂਦੇ ਨੇ ਉਹ ਪੈਸੇ ਪੈਸੇ ਦੇ ਨਾਲ ਪੈਸੇ ਦੇ ਜੋਰ ਤੇ ਠੀਕ ਹੈ ਕਿ ਇੱਕ ਦਿਨ ਚ ਤੁਹਾਨੂੰ ਲੱਖਾਂ ਨੌਕਰੀਆਂ ਕਿਉਂ ਨਹੀਂ ਦੇ ਸਕਦੇ ਯਾਰ ਥੋੜਾ ਥੋੜਾ ਸੋਚ ਕੇ ਚੱਲੋ ਯਾਰ ਬਹੁਤ ਸਾਰੇ ਵੀਰ ਇਹ ਕਹਿੰਦੇ ਆ ਕਿ ਅਸੀਂ ਨੋਟਾ ਦਵਾਵਾਂਗੇ ਸਾਨੂੰ ਇੰਟਰਸਟ ਨਹੀਂ ਲੈਣਾ ਚਾਹੀਦਾ ਰਾਜਨੀਤੀ 'ਚ ਰਾਜਨੀਤੀ 'ਚ ਜੇ ਅਸੀਂ ਇੰਟਰਸਟ ਨਹੀਂ ਲੈਂਦੇ ਜੇ ਅਸੀਂ ਨੋਟਾ ਦਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਹੀਂ ਯਾਰ ਅੱਜ ਅਸੀਂ ਤਾਂ ਹੀ ਅੱਜ ਅਸੀਂ ਠੋਕਰਾਂ ਖਾ ਰਹੇ ਆਂ ਤਾਂ ਹੀ ਅਜੇ ਨਾ ਸਰਕਾਰਾਂ ਦੇ ਅੱਗੇ ਅਸੀਂ ਤਰਲੇ ਮਿੰਨਤਾਂ ਕਰਦੇ ਆਂ ਤਾਂ ਹੀ ਸਾਡੇ ਡਾਂਗਾ ਪੈਂਦੀਆਂ ਨੇ ਬਹੁਤ ਸਾਰੇ ਲੋਕ ਤਾਂ ਇਹੋ ਜੇ ਹੋ ਰਹੇ ਨੇ ਯਾਰ ਕਿ ਜੇ ਕੋਈ ਥੱਪੜ ਮਾਰੇ ਨਾ ਥੱਪੜ ਮਾਰਨ ਤੋਂ ਬਾਅਦ ਵੀ ਕਹਿ ਦਿੰਦੇ ਆ ਕਿ ਯਾਰ ਮੇਰੇ ਤਾਂ ਥੱਪੜ ਵੱਜਿਆ ਨਹੀਂ ਮੇਰੇ ਕਹਿਣ ਦਾ ਮਤਲਬ ਕੀ ਹੈ ਕਿ ਸਾਨੂੰ ਇਹ ਥੱਪੜ ਮਾਰਦੇ ਨੇ ਕੁੱਟਦੇ ਨੇ ਫਿਰ ਵੀ ਅਸੀਂ ਇਹਨਾਂ ਨੂੰ ਹੀ ਵੋਟ ਪਾ ਕੇ ਜਿਤੇ ਆ ਦਿੰਦੇ ਆ ਫਿਰ ਵੀ ਅਸੀਂ ਇਹਨਾਂ ਨੂੰ ਹੀ ਜਿਤੇ ਆ ਦਿੰਦੇ ਆ ਵੋਟ ਪਾ ਕੇ ਉਹੀ ਚੀਜ਼ ਆ ਕਿ ਥੱਪੜ ਵੱਜਿਆ ਫੇਰ ਵੀ ਕਹਿੰਦੇ ਆ ਕਿ ਸਾਡੇ ਥੱਪੜ ਵੱਜਿਆ ਨਹੀਂ ਐਨੀਆਂ ਜ਼ਮੀਰਾਂ ਕਿਉਂ ਮਰ ਚੁੱਕੀਆਂ ਨੇ ਸਾਡੇ ਪੜੇ ਲਿਖਾਂ ਦੀਆਂ ਠੀਕ ਹੈ ਤਾਂ ਥੋੜਾ ਜਿਹਾ ਅਵੇਅਰ ਹੋ ਇਸ ਪੰਜਾਬ ਨੂੰ ਇਸ ਜਾਗਰੂਕਤਾ ਨੂੰ ਇਸ ਚੰਗੀ ਮਹਿਮ ਨੂੰ ਠੀਕਾ ਨੌਜਵਾਨੀ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰੋ ਯਾਰ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਆ ਸੋ ਜਦੋਂ ਅੱਗੇ ਨੈਕਸਟ ਕੋਈ ਪ੍ਰੋਸੈਸ ਹੁੰਦਾ ਇਨ ਐਗਜ਼ਾਮ ਬਾਰੇ ਕੱਲ ਨੂੰ ਵੀ ਤੁਹਾਨੂੰ ਪਤਾ ਹੈ ਕਿ 1 ਲੱਖ ਭਰਤੀ ਦਾ ਸਰਕਾਰ ਕਹਿੰਦੇ 4 ਜਨਵਰੀ ਨੂੰ ਐਲਾਨ ਕਰਨ ਜਾ ਰਹੀ ਹੈ ਹੁਣ ਦੇਖਦੇ ਆ 1 ਲੱਖ ਪਰਤੀ ਕੀ ਹੋਊਗੀ ਤਾਂ ਉੱਥੇ ਵੀ ਸੋਚ ਸਮਝ ਕੇ ਸੋਚ ਸਮਝ ਕੇ ਦੇਖੋ ਯਾਰ ਵੀ ਉਹ 1 ਲੱਖ ਪਰਤੀ ਕੀ ਹੋਊਗੀ ਠੀਕ ਹੈ ਕਿਤੇ ਭਲੇਖੇ ਚ ਨਾ ਪੈ ਜਾਓ ਠੀਕ ਹੈ ਜੀ ਸੋ ਧੰਨਵਾਦ ਵੱਧ ਤੋਂ ਵੱਧ ਸ਼ੇਅਰ ਕਰੋ ਯਾਰ ਇਸ ਚੀਜ਼ ਨੂੰ ਮੇਰੀ ਨੂੰ ਠੀਕ ਹੈ ਤਾਂ ਕਿ ਕਿਸੇ ਨੂੰ ਤਾਂ ਜਾਗਰੂਕਤਾ ਮਿਲੇ ਯਾਰ ਕੋਈ ਕਿਣਕਾ ਤਾਂ ਜਾਗੇ ਮੇਰੇ ਇਸ ਕਹਿਣ ਦੇ ਨਾਲ ਠੀਕ ਹੈ ਸੋ ਥੈਂਕ ਯੂ ਟੇਕ ਕੇਅਰ ਬਾਏ